ਮਤਲਬ ਜਨਰੇਟਰ ਵੀ ਨਹੀਂ ਚੱਲ ਰਿਹਾ ਜੀ, ਜੀ ਐਮਰਜੈਂਸੀ ਵਾਰਡ 'ਚੋਂ ਲਾਈਟ ਤੋਂ ਬਿਨਾਂ ਗਰਮੀ, ਜਨਰੇਟਰ ਵੀ ਨਹੀਂ ਚੱਲਿਆ ਜੀ, ਸਰਕਾਰ ਦਾਅਵੇ ਕੀ ਕਰਦੀਆਂ ਅਤੇ ਹੈ ਹੋ ਕੀ ਰਿਹਾ? ਇੱਥੇ ਤੜਫ ਰਹੇ ਆ ਇੰਨੀ ਗਰਮੀ 'ਚ, 47 ਡਿਗਰੀ 'ਤੇ ਟੈਂਪਰੇਚਰ ਜਾ ਵੜਿਆ, ਲੋਕ ਤੜਫ ਰਹੇ ਆ ਅਤੇ ਕੋਈ ਪੱਖਾ ਵੀ ਨਹੀਂ ਚੱਲ ਰਿਹਾ, ਹੋਰ ਤਾਂ ਕੀ ਚੱਲਣਾ? ਹਾਂਜੀ, ਪੇਸ਼ੈਂਟ ਵੀ ਔਖੇ, ਬਾਕੀ ਪਬਲਿਕ ਵੀ ਔਖੀ ਹੋਈ ਆ, ਰੋਡ ਵਾਲੇ ਇਹਨਾਂ ਨੇ ਟ੍ਰੀਟਮੈਂਟ ਕਰਾਉਣੀ ਆ ਜੀ। ਹਾਂਜੀ, ਜਿਵੇਂ ਸਰਕਾਰ ਕਹਿੰਦੀ ਹੈ ਹਸਪਤਾਲ, ਸਰਕਾਰੀ ਹਸਪਤਾਲ ਸਾਰੀਆਂ ਸਹੂਲਤਾਂ ਵਾ, ਹਾਂਜੀ ਸਹੂਲਤ ਹੋਣੀ ਚਾਹੀਦੀ ਹੈ, ਮਗਰ ਇਹ ਸਹੂਲਤ ਹੈ ਨਹੀਂ, ਇਹਦਾ ਮਤਲਬ ਬਿਲਕੁਲ ਨਹੀਂ ਹੈ। ਸਰਕਾਰ ਐਵੇਂ ਬੋਲ ਕਹੀ ਜਾਂਦੀ ਹੈ ਜੀ, ਲੱਗਦਾ ਵਾ ਵੀ ਬਿਲਕੁਲ ਹੈ ਨਹੀਂ, ਹੁਣ ਜਿਸ ਹਿਸਾਬ ਨਾਲ ਹੁਣ ਇੱਦਾਂ ਲਾਈਟ ਹੈ ਨਹੀਂ ਗੀ, ਵੀ ਇੰਨੀ ਗਰਮੀ ਪੈ ਰਹੀ ਹੈ, ਇੰਨੀ ਗਰਮੀ ਬੇਸਾਬੀ ਆ, ਤੇ ਲਾਈਟ ਵੀ ਹੈ ਨਹੀਂ। ਹਾਂਜੀ ਹਾਂਜੀ, ਘੰਟਾ ਹੋ ਗਿਆ ਹੁਣ ਫਿਰ ਵੀ ਜੀ। ਹਾਂਜੀ ਹਾਂ, ਬਹੁਤ ਔਖਾ ਵਾ। ਠੀਕ ਹੈ, ਹਸਪਤਾਲ 'ਚ ਔਖਾ ਹੋ ਰਿਹਾ? ਬਹੁਤ ਔਖਾ ਜੀ, ਦੇਖਿਆ ਨਹੀਂ ਤਾਂ ਗਰਮੀ ਬਹੁਤ ਜ਼ਿਆਦਾ ਹੈ, ਮਤਲਬ ਜਨਰੇਟਰ ਵੀ ਨਹੀਂ ਚੱਲ ਰਿਹਾ ਜੀ। ਹਾਂਜੀ, ਜਨਰੇਟਰ ਵੀ ਨਹੀਂ ਚੱਲ ਰਿਹਾ, ਇਹਨਾਂ ਨੂੰ ਕਰਨੀ ਚਾਹੀਦੀ ਥੋੜ੍ਹੀ ਜਿਹੀ ਸਹੂਲਤ ਜੀ, ਜੀ। ਤੁਸੀਂ ਕਿੱਥੋਂ ਆਏ ਹੋ? ਕਠੂਰ ਤੋਂ। ਅਤੇ ਇਹ ਸਿਵਲ ਹਸਪਤਾਲ ਹੈ ਜੀ, ਇੱਥੇ ਮਰੀਜ਼ਾਂ ਨੂੰ ਜ਼ਿਆਦਾ ਔਖਾ ਹੋ ਰਿਹਾ ਜੀ? ਜੀ ਵਾਰਡ 'ਚੋਂ ਕਿੰਨਾ ਕੁ ਔਖਾ ਹੋ ਰਿਹਾ? ਕਦੋਂ ਦੀ ਗਈ ਹੋਈ ਹੈ ਲਾਈਟ? ਸਵੇਰ ਦੀ ਹੋ ਗਏ 3-4 ਘੰਟੇ, ਅਤੇ ਲਾਈਟ ਪੱਖਾ ਵੀ ਨਹੀਂ ਚੱਲਦਾ, ਜਨਰੇਟਰ ਵੀ ਨਹੀਂ ਚੱਲਦਾ ਪਿਆ, ਔਖਾ ਹੋ ਰਿਹਾ ਜੀ। ਅੱਛਾ, ਇਹ ਵੀ ਕੋਈ ਪਤਾ ਨਹੀਂ ਵੀ ਜਨਰੇਟਰ ਹੈਗਾ ਕਿ ਨਹੀਂ? ਠੀਕ ਹੈ ਜੀ, ਐਮਰਜੈਂਸੀ ਵਾਰਡ 'ਚੋਂ ਲਾਈਟ ਤੋਂ ਬਿਨਾਂ ਗਰਮੀ, ਜਨਰੇਟਰ ਵੀ ਨਹੀਂ ਚੱਲਿਆ ਜੀ? ਕਿੰਨੇ ਘੰਟੇ ਹੋ ਗਏ ਗਈ ਨੂੰ ਲਾਈਟ? 11:30 ਦੀ ਗਈ ਹੋਈ ਆ? ਅੱਛਾ, ਉਸ ਤੋਂ ਬਾਅਦ 'ਚ ਗਈ ਆ? ਠੀਕ, 3-4 ਘੰਟੇ ਹੋ ਗਏ ਗਈ ਨੂੰ, ਕੀ ਕਹੋਗੇ? ਗੱਲ ਇਹ ਆ ਜੀ, ਦੱਸਦੇ ਆ ਵੀ 7 ਵਜੇ ਸਵੇਰ ਦੀ, ਮੈਂ ਤਾਂ ਥੋੜ੍ਹਾ ਚਿਰ ਹੋਇਆ ਹਾਂ ਬਾਅਦ 'ਚ, ਨਾ ਕੋਈ ਜਨਰੇਟਰ ਨਾ ਕੋਈ ਲਾਇਆ, ਤਾਂ ਪਤਾ ਨਹੀਂ ਸਰਕਾਰ ਦਾਅਵੇ ਕੀ ਕਰਦੀਆਂ ਅਤੇ ਹੈ ਹੋ ਕੀ ਰਿਹਾ? ਇੱਥੇ ਤੜਫ ਰਹੇ ਆ ਇੰਨੀ ਗਰਮੀ 'ਚ, 47 ਡਿਗਰੀ 'ਤੇ ਟੈਂਪਰੇਚਰ ਜਾ ਵੜਿਆ, ਲੋਕ ਤੜਫ ਰਹੇ ਆ ਅਤੇ ਕੋਈ ਪੱਖਾ ਵੀ ਨਹੀਂ ਚੱਲ ਰਿਹਾ, ਹੋਰ ਤਾਂ ਕੀ ਚੱਲਣਾ? ਉਹ ਭੈੜੀ ਹਾਲਤ ਆ ਜੀ, ਇਸ ਤਰ੍ਹਾਂ ਬੜੀ ਬੜੀ ਹਾਲਤ ਵੀ ਆ, ਇਸ ਕਰਕੇ ਲਾਈਟਰ ਤਾਂ ਬਾਹਲਾ ਔਖਾ ਜੀ। ਜੀ, ਸਰਕਾਰ ਇਹਦੀਆਂ ਗੱਲਾਂ ਕਹਿੰਦੀ ਆ, ਫਿਰ ਉਹ ਫੋਕੇ ਦਾਅਵੇ ਹੀ ਆ ਜੀ, ਹੁਣ ਆਪਾਂ ਨੂੰ ਦਿਸੀ ਜਾਂਦਾ ਜੀ ਸਾਰਾ ਕੁਛ, ਜਨਰੇਟਰ ਚੱਲਣੇ ਚਾਹੀਦੇ ਆ, ਪੱਖਾ ਤਾਂ ਵੀ ਚੱਲੇ, ਲੋਕਾਂ ਨੂੰ ਮਾੜਾ ਮੋਟਾ ਰਾਹਤ ਤਾਂ ਮਿਲੇ ਨਾ, ਇੱਕ ਮਰੀਜ਼ ਹੈ, ਇੱਕ ਉਤੋਂ ਲਾਈਟ ਦੀ ਗਰਮੀ ਹੈ ਤੇ ਕਰੂ ਕੀ, ਉਹ ਤਾਂ ਹੋਰ ਮਰਨ ਵਾਲੀ ਗੱਲ ਹੋ ਗਈ ਨਾ, ਇਹ ਤਾਂ ਜ਼ਰੂਰ ਚਾਹੀਦਾ ਆਪਾਂ, ਇਹ ਤਾਂ ਪ੍ਰਬੰਧ ਚਾਹੀਦਾ ਜੀ, ਜਨਰੇਟਰ ਚੱਲਣ ਨਾ। ਐਲਾਨਿਆ ਹੈਗਾ ਕੱਲ੍ਹ PSPCL ਵੱਲੋਂ ਵੀ, ਸਾਨੂੰ ਟੈਲੀਫੋਨਿਕ ਮੈਸੇਜ ਆ ਗਿਆ ਸੀ ਕਿ ਮਿਤੀ 18 ਨੂੰ 7 ਵਜੇ ਤੋਂ ਲੈ ਕੇ 2 ਵਜੇ ਤੱਕ ਪਾਵਰ ਕੱਟ ਰਹੇਗਾ, ਜਿਸ ਵੇਲੇ ਅਸੀਂ ਲੋੜੀਂਦਾ ਪ੍ਰਬੰਧ ਤਾਂ ਕਰ ਲਿਆ ਸੀ, ਜਨਰੇਟਰ ਦਾ ਅਰੇਂਜਮੈਂਟ ਕਰ ਲਿਆ ਸੀ, ਪਟਵਾ ਡੀਜ਼ਲ ਵਗੈਰਾ ਸਭ ਕਰਤਾ ਸੀ, ਹੁਣ ਥੋੜ੍ਹੀ ਦੇਰ ਪਹਿਲਾਂ ਕੁਛ ਤਕਨੀਕੀ ਖਰਾਬੀ ਹੋਣ ਕਾਰਨ ਸਾਨੂੰ ਜਨਰੇਟਰ ਬੰਦ ਕਰਨਾ ਪਿਆ, ਅਤੇ ਮਕੈਨਿਕ ਨੂੰ ਬੁਲਾ ਲਿਆ ਗਿਆ ਹੈ, ਅਤੇ ਮੈਂ ਹੁਣ ਪਤਾ ਕੀਤਾ ਸੀ, ਉਹ ਕਹਿੰਦੇ ਵੀ 10-15 ਮਿੰਟ ਦੇ ਵਿੱਚ ਵਿੱਚ ਖਰਾਬੀ ਜਿਹੜੀ ਠੀਕ ਹੋ ਜਾਊਗੀ, ਅਤੇ ਦੁਬਾਰਾ ਜਨਰੇਟਰ ਚਲਾਇਆ ਜਾਊਗਾ ਅਤੇ ਬਿਜਲੀ ਵਾਪਸ ਆ ਜਾਏਗੀ।